ਜੇ ਜਾਣਾ ਲੜ ਛਿੱਜਣਾ ਪੀੜੀ ਪਾਈ ਗੰਢ। ਜੇ ਜਾਣਾ ਲੜ ਛਿੱਜਣਾ, ਜੇ ਮੈਨੂੰ ਪਤਾ ਹੁੰਦਾ ਨਾ ਵੀ ਲੜ ਛੁੱਟ ਜਾਣਾ ਮੇਰੇ ਹੱਥੋਂ, ਉਹ ਲੜ ਤਾਂ ਫੜਾ ਕੇ ਭੇਜਿਆ ਸੀ ਮੈਨੂੰ ਗਰਭ 'ਚ, ਹੁਕਮ ਉਹਨਾਂ ਦਾ ਜੋੜ ਕੇ ਭੇਜਿਆ ਸੀ, ਜੁੜਿਆ ਹੋਇਆ ਸੀ। ਜੇ ਮੈਨੂੰ ਪਤਾ ਹੁੰਦਾ ਵੀ ਇਹ ਛੁੱਟ ਜੂਗਾ, ਪੀੜੀ ਪਾਈ ਗੰਢ, ਇਹ ਨਹੀਂ ਦੱਸਿਆ ਕਿਸੇ ਨੇ ਵੀ ਛੁੱਟ ਜਾਂਦਾ ਹੁੰਦਾ, ਲੜ ਫੜਾ ਦਿੱਤਾ। ਪੀਡੀ ਪਾਈ ਗੰਢ, ਮੈਂ ਤਾਂ ਗੰਢ ਇੰਨੀ ਘੁੱਟ ਕੇ ਪਾ ਲੈਣ ਦਾ ਕਿ ਛੁੱਟਦਾ ਹੀ ਨਾ ਲੜ, ਪਤਾ ਹੀ ਨਹੀਂ ਸੀ ਇਸ ਗੱਲ ਦਾ। ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ, ਤੈ ਤੇਰੇ ਵਰਗਾ ਮੈਂ ਨਾਹੇ, ਤੈ ਜੇਵੜ ਤੇਰੇ ਜਿੱਡਾ ਵੱਡਾ, ਤੈ ਦਾ ਮਤਲਬ ਤੇਰਾ, ਤੇਰੇ ਤੇਰੇ ਜਿੱਡਾ ਵੱਡਾ, ਤੈਂ ਜੇ ਵੱਡ ਮੈਂ ਨਾਹੀਂ ਕੋ, ਮੈਨੂੰ ਨਹੀਂ ਹੋਰ ਕੋਈ ਦਿਖਿਆ, ਮੈਨੂੰ ਹੋਰ ਕੋਈ ਨਹੀਂ ਮਿਲਿਆ, ਸਭ ਜਗ ਡਿੱਠਾ ਹੰਡ, ਮੈਂ ਸਾਰਾ ਸੰਸਾਰ ਘੁੰਮ ਕੇ ਦੇਖ ਲਿਆ। ਅੰਤਰ ਆਤਮਾ ਦੀ ਆਵਾਜ਼ ਨੂੰ ਸ਼ਕਤੀਸ਼ਾਲੀ ਕਿਸੇ ਦੀ ਆਵਾਜ਼ ਨਹੀਂ ਮੈਂ ਸੁਣੀ, ਸੰਸਾਰ ਚ ਬਥੇਰੇ ਦੇਖ ਲਏ। ਅੰਤਰਾਤਮਾ ਦੀ ਆਵਾਜ਼ ਨਾਲ ਪਵਿੱਤਰ ਆਵਾਜ਼ ਮੈਨੂੰ ਨਹੀਂ ਕਿਸੇ ਸੰਤ ਦੀ ਮਿਲੀ ਅੱਜ ਤੱਕ, ਐਸਾ ਉਪਦੇਸ਼ ਜੋ ਅੰਤਰਾਤਮਾ ਕੋਲ ਗਿਆਨ ਹੈ, ਇਹੋ ਜਿਹਾ ਗਿਆਨ ਬਾਹਰ ਨਹੀਂ ਮਿਲਿਆ ਕਿਸੇ ਕੋਲ। ਮੈਂ ਸਾਰਾ ਦੇਖ ਲਿਆ ਸੰਸਾਰ, ਹੁਣ ਅੰਤਰਾਤਮਾ ਨਾਲ ਜੋੜਿਆ ਮੈਨੂੰ ਆ ਕੇ ਗੁਰੂ ਘਰ ਨੇ, ਹੁਣ ਮੈਨੂੰ ਪਤਾ ਲੱਗਿਆ। ਮੈਂ ਗ੍ਰੰਥ ਪੜ੍ਹ ਲਏ, ਉਹਨਾਂ 'ਚ ਇਹ ਗੱਲਾਂ ਨਹੀਂ ਹੈ। ਅੰਤਰਾਤਮਾ ਦੇ ਆਧਾਰ ਦੇ ਉੱਤੇ ਗ੍ਰੰਥ ਹੈ ਉਹ ਨਹੀਂ ਉਹ ਲਿਖੇ ਹੋਏ। ਤਾਂ ਕਹਾਣੀਆਂ ਸਾਖੀਆਂ ਨੇ ਸਾਰੀਆਂ, ਮੈਂ ਸਾਰਾ ਸੰਸਾਰ ਸਭ ਜੱਗ ਦਿੱਤਾ ਹੰਡ, ਘੁੰਮ ਫਿਰ ਕੇ ਸੰਸਾਰ ਜੱਗ ਦੇਖ ਲਿਆ। ਅੰਤਰਾਤਮਾ ਦੀ ਆਵਾਜ਼ ਆ ਗੁਰਬਾਣੀ ਦੀ ਵਰਗੀ, ਸੱਚ ਵਰਗੀ ਕੋਈ ਚੀਜ਼ ਨਹੀਂ ਸੰਸਾਰ 'ਚ ਹੈ, ਸੱਚ ਦੀ ਆਵਾਜ਼ ਵਰਗੀ ਕੋਈ ਆਵਾਜ਼ ਦੁਨੀਆਂ 'ਚ ਨਹੀਂ ਹੈ, ਸੱਚ ਦੀ ਸ਼ਕਤੀ ਵਰਗੀ ਕਿਸੇ ਸ਼ਕਤੀ ਨਹੀਂ ਹੈ। ਸੱਚ ਬੋਲ, ਸੱਚ ਵਰਗਾ ਸੁਖ ਦੇਣ ਵਾਲੀ ਕੋਈ ਚੀਜ਼ ਨਹੀਂ ਹੈ ਸੰਸਾਰ ਦੇ ਵਿੱਚ, ਸੱਚ ਵਰਗਾ ਹੌਸਲਾ ਦੇਣ ਵਾਲੀ ਕੋਈ ਚੀਜ਼ ਨਹੀਂ ਹੈ ਸੰਸਾਰ ਦੇ ਵਿੱਚ। ਸਾਰਾ ਸੰਸਾਰ ਸੱਚ ਨੂੰ ਛੱਡ ਕੇ ਡਿਪਰੈਸ਼ਨ ਹੈ, ਸੱਚ ਨੂੰ ਛੱਡ ਕੇ ਹੀ ਗੁੱਸਾ ਹੈ, ਸੱਚ ਨੂੰ ਛੱਡ ਕੇ ਹੀ ਲੋਭ ਹੈ, ਸੱਚ ਨੂੰ ਛੱਡ ਕੇ ਹੀ ਮੋਹ ਹੈ, ਸੱਚ ਨੂੰ ਛੱਡ ਕੇ ਹੀ ਕ੍ਰੋਧ ਹੈ। ਸੱਚ ਦਾ ਭਲਾ ਨਾ ਛੱਡੀਏ ਤਾਂ ਲੜ ਛੁੱਟ ਗਿਆ ਨਾ, ਜਾਂ ਲੜ ਛੁੱਟ ਗਿਆ ਸਾਰਿਆਂ ਨੇ ਆ ਕੇ ਦੱਬ ਲਿਆ ਦੁਸ਼ਮਣਾਂ ਨੇ, ਪਿੱਛੇ ਰਹਿ ਜਾ। ਜੇ ਕੋਈ ਪਿੱਛੇ ਰਹਿ ਜਾ ਬੰਦਾ ਇਕੱਲਾ, ਤਾਂ ਦੁਸ਼ਮਣ ਦੇ ਏਰੀਏ 'ਚ ਨਾਲ ਦੇ ਚਲੇ ਜਾਣ, ਅੱਗੇ ਨਿਕਲ ਜਾਣ, ਤੂੰ ਤਾਂ ਪੈ ਜਾਣਾ ਉਹਨਾਂ ਨੂੰ, ਇਕੱਲਾ ਰਹਿ ਗਿਆ, ਸੱਚ ਦੀ ਸ਼ਕਤੀ ਤੋਂ ਵਾਂਝਾ ਰਹਿ ਗਿਆ, ਮਾਇਆ ਨੇ ਘੇਰ ਲਿਆ, ਮਾਇਆ 'ਚ ਫਸ ਗਿਆ, ਔਕੜਾਂ ਨੇ ਘੇਰ ਲਿਆ, ਔਕੜਾਂ ਨੇ ਫਸ ਗਿਆ। ਝੂਠਿਆਂ ਦੀ ਆਵਾਜ਼ ਮਗਰ ਲੱਗ ਕੇ ਦੁਸ਼ਮਣਾਂ ਦੇ ਏਰੀਏ 'ਚ ਚਲਾ ਗਿਆ, ਪੂਰਬ ਨੂੰ ਜਾਂਦਾ ਜਾਂਦਾ ਪੱਛਮ ਨੂੰ ਜਾਣ ਲੱਗ ਗਿਆ, ਐਸਾ ਅੰਧਕਾਰ 'ਚ ਕਰਿਆ ਸਾਰੇ ਦੁਸ਼ਮਣ ਆਪਦੇ ਉੱਤੇ ਹਨੇਰੇ 'ਚ, ਅਗਿਆਨਤਾ 'ਚ ਲੈ ਵੜਦੇ ਨੇ ਸਾਰੇ ਧਰਮ, ਉੱਥੇ ਮਰਵਾ ਦਿੰਦੇ ਨੇ ਜਾ ਕੇ, ਅਗਿਆਨਤਾ ਦੇ ਖੂਹ ਸੁੱਟ ਕੇ ਮਰਵਾਉਂਦੇ ਨੇ ਸਾਰੇ ਦੁਨੀਆਂ ਨੂੰ, ਅਗਿਆਨੀ ਅਗਿਆਨਤਾ ਦੇ ਵਿੱਚ ਫਸਾ ਕੇ ਮਰਵਾਉਂਦੇ ਰਹੇ ਨੇ ਸੰਸਾਰ ਨੂੰ, ਮਰਵਾ ਰਹੇ। ਅਗਿਆਨਤਾ 'ਚ ਲੜਾਈ ਹੈ, ਅਗਿਆਨਤਾ 'ਚ ਡਿਪਰੈਸ਼ਨ ਹੈ, ਅਗਿਆਨਤਾ ਦੇ ਵਿੱਚ ਵੈਰ ਵਿਰੋਧ ਹੈ, ਅਗਿਆਨਤਾ 'ਚ ਕਾਮ ਕ੍ਰੋਧ ਹੈ, ਅਗਿਆਨਤਾ ਦੇ ਵਿੱਚ ਲੋਭ ਮੋਹ ਹੈ, ਸਭ ਲੜਾਈ ਅਗਿਆਨਤਾ ਦੀ ਹੈ, ਸੰਸਾਰ ਦੀ ਲੜਾਈ ਅਗਿਆਨਤਾ ਦੀ ਹੈ। ਜੇ ਗਿਆਨ ਹੋਵੇ ਸੰਸਾਰ ਕੋਲ ਲੜਾਈ ਕੋਈ ਨਹੀਂ, ਝਗੜਾ ਹੀ ਕੋਈ ਨਹੀਂ, ਉਹ ਗਿਆਨ ਸੰਸਾਰ ਨੇ ਜਿਹੜਾ ਲੜਾਈ ਮਿਟਾਉਣ ਵਾਲਾ, ਉਹ ਸੰਸਾਰ ਨੇ ਗਿਆਨ ਬਹੁਤ ਡੂੰਘਾ ਦੱਬ ਦਿੱਤਾ ਇਹਨਾਂ ਨੇ, ਉਹ ਵੇਦ ਦਾ ਗਿਆਨ ਬਹੁਤ ਡੂੰਘਾ ਦੱਬਿਆ ਹੋਇਆ ਹੈ। ਕਿਸੇ ਵਕਤ ਸਮੁੰਦਰ ਦੇ ਵਿੱਚ ਸਿਰ ਦਿੱਤੇ ਵੇਦ ਆਈ ਹੈ, ਉਦੋਂ ਵੀ ਲੈ ਕੇ ਆਇਆ ਸੀ ਇੱਕ
ਵਰਾ ਅਵਤਾਰ ਕਹਿੰਦੇ ਨੇ, ਵਰਾ ਅਵਤਾਰ ਲੈ ਕੇ ਆਇਆ ਸਮੁੰਦਰ ਚ ਲਕੋ ਤੇ ਦੱਬ ਤੇ ਗ੍ਰੰਥ ਸਿੜ ਦਿੱਤੇ ਵੇਦ, ਉਹ ਸਮੁੰਦਰ ਚੋਂ ਕੱਢ ਕੇ ਲਿਆ। ਇਹ ਗ੍ਰੰਥ, ਇਹ 24 ਅਵਤਾਰਾਂ ਚ ਕਥਾਵਾਂ ਨੇ। ਅੱਜ ਵੀ ਇਹ ਗਿਆਨ ਜਿਹੜਾ ਹੈਗਾ ਵੇਦ ਦਾ, ਬਹੁਤ ਡੂੰਘਾ ਦੱਬਤਾ ਇਹਨਾਂ ਨੇ, ਜਿਹੜੇ ਖਤਰਨਾਕ ਨੇ ਸਾਰੇ ਸੰਤ, ਇਹਨਾਂ ਨੇ ਡੂੰਘਾ ਦੱਬਿਆ ਵੀ ਸਾਡੀ ਸਰਦਾਰੀ ਰਹਿ ਜਾਵੇ, ਸਾਡੇ ਕੋਲ ਗਿਆਨ ਹੈ ਨਹੀਂ। ਉਹ ਬੀਜ ਮੰਤਰ ਵਾਲੇ ਵੀ ਵਿੱਚੇ ਨੇ ਇਹਦੇ, ਜਿਹੜੇ ਬੀਜ ਮੰਤਰ, ਬੀਜ ਮੰਤਰ ਤਾਂ ਗਿਆਨ ਹੈ ਵੇਦ ਦਾ, ਵੇਦ ਦਾ ਗਿਆਨ ਹੈ ਬੀਜ ਮੰਤਰ, ਵੇਦ ਦੇ ਮੰਤਰਾਂ ਨੂੰ ਬੀਜ ਮੰਤਰ ਕਹਿੰਦੇ ਨੇ। ਗੁਰਬਾਣੀ ਬੀਜ ਮੰਤਰ ਹੈ, ਬੀਜ ਮੰਤਰ ਸਰਵ ਕੋ ਗਿਆਨ, ਵੇਦ ਦੀ ਬਾਣੀਓ ਬੀਜ ਮੰਤਰ ਤੋਂ ਪੈਦਾ ਹੋਈ ਹੋਈ ਹੈ, ਗੁਰਬਾਣੀਓ ਬੀਜ ਮੰਤਰ ਤੋਂ ਪੈਦਾ ਹੋਈ ਹੋਈ ਹੈ। ਇਹਦੀ ਕੋਈ ਗੱਲ ਨਹੀਂ ਕਰਦਾ, ਬੀਜ ਮੰਤਰ ਦਿੰਦੇ ਫਿਰਦੇ ਸੰਸਾਰ ਨੂੰ। ਦੇਖਾਂਗੇ ਬੀਜ ਮੰਤਰ ਕਿਹਾ ਜਾ ਉਹਨਾਂ ਦਾ, ਉਹ ਵੀ ਦੇਖ ਲਾਂਗੇ, ਦਿਖਾਓ ਕਿੱਥੇ, ਕੁਛ ਵੀ ਨਹੀਂ ਨਿਕਲਣਾ। ਪਰ ਜਿਹੜੇ ਪੇਜ ਨੇ ਨਾ ਪੂਰੇ ਪੂਰੇ ਐਡ ਦੇ ਪੇਪਰਾਂ 'ਚ, ਉਹਦੀ ਲੋੜ ਨਹੀਂ ਹੁੰਦੀ ਬੀਜ ਮੰਤਰ ਵਾਲੇ ਨੂੰ, ਐਡਾਂ ਦੇਣ ਦੀ ਲੋੜ ਨਹੀਂ ਬੀਜ ਮੰਤਰ ਵਾਲੇ ਨੂੰ। ਬੀਜ ਮੰਤਰ ਦਾ ਵੀ ਲੋਕ ਲੱਭਦੇ ਫਿਰਦੇ, ਉਹ ਬੀਜ ਮੰਤਰ ਦਾ ਦੁਨੀਆਂ ਲੱਭਦੀ ਫਿਰਦੀ ਹੈ। ਕਿਸੇ ਗੱਲੋਂ ਹਵਾ ਤਾਂ ਨਿਕਲੇ ਬੀਜ ਮੰਤਰ ਨਾਲ, ਲੋਕਾਂ ਨੇ ਆਵੇ ਲੱਭ ਲੈਣਾ। ਸ਼ਿਕਾਰ ਨੂੰ ਨਹੀਂ ਕੋਈ ਛੱਡਦਾ ਹੁੰਦਾ, ਬੀਜ ਮੰਤਰ ਦਾ ਲੁਕਿਆ ਬੈਠਾ। ਸ਼ਿਕਾਰ ਖਾਤਾ ਲੋਕਾਂ ਨੇ ਛੋਟੇ ਛੋਟੇ ਕੁੱਤੇ ਰੱਖੇ ਹੋਏ ਨੇ, ਕਮਾਦਾ ਜੋ ਸ਼ਿਕਾਰ ਕੱਢ ਲੈਂਦੇ ਨੇ ਅਗਲੇ। ਬਹੁਤ ਕੁਛ ਹੈ ਬੀਜ ਮੰਤਰ ਟੋਲਣ ਵਾਲਿਆਂ ਦਾ, ਬੀਜ ਮੰਤਰ ਜਿਹੜੇ ਟੋਲ ਰਹੇ ਨੇ ਉਹਨਾਂ ਦਾ ਵੀ ਬਹੁਤ ਕੁਛ ਛੱਡਿਆ ਹੋਇਆ। CID ਲੱਭੋ, ਆਪੇ ਲੱਭ ਲੈਣਗੇ ਜਿੱਥੇ ਹੋਊਗਾ। ਹਾਂਜੀ।